ਬਲਵੀਰ ਢਿੱਲੋਂ ਦਾ ਤੀਜਾ ਕਾਵਿ ਸੰਗ੍ਰਹਿ ਸੋਚ ਦੀ ਪਰਵਾਜ ਦਾ ਲੋਕ ਅਰਪਣ ਜੋ ਕਿ ਇੱਕ ਯਾਦਗਾਰੀ ਪਲ ਹੋ ਨਿਬੜਿਆ। ਪ੍ਰੋਗਰਾਮ ਦਾ ਸੰਚਾਲਨ ਡਾਕਟਰ ਰਮਿੰਦਰ ਕੰਗ ਵੱਲੋਂ ਬਾਖੂਬੀ ਨਾਲ ਨਿਭਾਇਆ ਗਿਆ। ਸਮਾਗਮ ਵਿੱਚ ਉੱਘੇ ਲੇਖਕਾਂ ਵੱਲੋਂ ਪਰਚੇ ਪੜੇ ਗਏ, ਪੁਸਤਕ ਤੇ ਵਿਚਾਰ ਚਰਚਾ ਕੀਤੀ ਗਈ ਅਤੇ ਆਏ ਹੋਏ ਮਹਿਮਾਨਾਂ ਵੱਲੋਂ ਲੇਖਕਾਂ ਨੂੰ ਵਧਾਈ ਪੇਸ਼ ਕੀਤੀ ਗਈ। ਸਾਹਿਤਕ ਸੰਸਥਾਵਾਂ ਵੱਲੋਂ ਆਏ ਹੋਏ ਉੱਘੇ ਲੇਖਕਾਂ ਨੇ ਵੀ ਹਾਜ਼ਰੀ ਭਰੀ। ਮੀਡੀਆ ਦੀਆਂ ਉੱਘੀਆਂ ਹਸਤੀਆਂ ਵੀ ਮੌਜੂਦ ਸਨ। ਰਾਜਨੀਤਿਕ ਲੀਡਰਾਂ ਵਿੱਚੋਂ ਸੁਖ ਧਾਲੀਵਾਲ MP ਆਜ਼ਾਦ ਕੈਲਗਰੀ ਤੋਂ ਆਏ ਹੋਏ ਸਨ, ਜੋ ਕਿ ਰਾਜਨੀਤਿਕ ਲੀਡਰ ਹੋਣ ਦੇ ਨਾਲ ਨਾਲ ਇੱਕ ਪੋਇਟ ਵੀ ਹਨ, ਜੋ ਫਾਰਸੀ ਭਾਸ਼ਾ ਵਿੱਚ ਲਿਖਦੇ ਹਨ ਅਤੇ ਜਿਨ੍ਹਾਂ ਨੇ ਆਪਣੀ ਕਵਿਤਾ ਇੰਗਲਿਸ਼ ਵਿੱਚ ਟ੍ਰਾਂਸਲੇਟ ਕਰਕੇ ਵੀ ਸੁਣਾਈ। ਸ਼ਹਿਰ ਦੀਆਂ ਜਾਣੀਆਂ ਪਹਿਚਾਣੀਆਂ ਸ਼ਖਸੀਅਤਾਂ ਨੇ ਵੀ ਸ਼ਿਰਕਤ ਕੀਤੀ। ਇਸ ਤੋਂ ਇਲਾਵਾ ਲੇਖਕਾਂ ਦੇ ਪਰਿਵਾਰ ਵਿੱਚੋਂ ਮੈਂਬਰਸ ਅਤੇ ਆਏ ਹੋਏ ਸਾਰੇ ਰਿਸ਼ਤੇਦਾਰਾਂ ਨੇ ਬਹੁਤ ਪਿਆਰ ਅਤੇ ਸਹਿਯੋਗ ਦਿੱਤਾ ਅਤੇ ਬਲਵੀਰ ਢਿੱਲੋਂ ਦੀ ਖੁਸ਼ੀ ਵਿੱਚ ਸ਼ਰੀਕ ਹੋ ਕੇ ਉਹਨਾਂ ਦਾ ਹੌਸਲਾ ਵਧਾਇਆ। ਲੇਖਕਾਂ ਨੇ ਪ੍ਰੋਗਰਾਮ ਉਲੀਕਣ ਵਾਲੇ ਦੋਸਤਾਂ ਦਾ ਅਤੇ ਆਏ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ। ਦੇਖ ਰਹੇ ਹੋ ਸਾਂਝਾ TV ਤੇ, ਅੱਜ ਅਸੀਂ ਤੁਹਾਨੂੰ ਗ੍ਰੰਥਾਜ ਵਿੱਚ ਲੈ ਕੇ ਆਏ ਹਾਂ। ਕਹਿੰਦੇ ਜਿਹੜੇ ਲੇਖਕ ਹੁੰਦੇ ਆ ਇਹਨਾਂ ਦੀ ਲੇਖਣੀ ਜਿਹੜੀ ਹੈ ਸਮਾਜ ਦੇ ਵਿੱਚ ਬਹੁਤ ਤਬਦੀਲੀ ਲੈ ਕੇ ਆਉਂਦੀ ਆ। ਸੋ ਬਹੁਤ ਤਰ੍ਹਾਂ ਦੀ ਇਹਨਾਂ ਦੀਆਂ ਲਿਖਤਾਂ ਹੁੰਦੀਆਂ ਜਿਨ੍ਹਾਂ ਤੋਂ ਸਮਾਜ ਨੂੰ ਕੋਈ ਨਾ ਕੋਈ ਸੇਧ ਮਿਲਦੀ ਆ। ਸੋ ਅਸੀਂ ਬੜੇ ਲੱਕੀ ਹਾਂ ਕਿ ਸਾਡੇ ਆਪਣੇ ਸ਼ਹਿਰ ਦੇ ਵਿੱਚ ਬਹੁਤ ਸਾਰੇ ਲੇਖਕ ਅਤੇ ਲੇਖਕਾਵਾਂ ਜਿਹੜੇ ਸਰੀ ਸ਼ਹਿਰ ਦੇ ਵਿੱਚ ਨੇ। ਸੋ ਅੱਜ ਅਸੀਂ ਪਹੁੰਚੇ ਹਾਂ ਇੱਥੇ ਗ੍ਰੰਥਾਜ 'ਚ, ਜਿੱਥੇ ਬਲਵੀਰ ਕੌਰ ਢਿੱਲੋਂ ਹੋਣਾ ਦੀ ਤੀਜੀ ਕਿਤਾਬ ਜਿਹੜੀ ਸੋਚ ਦੀ ਪਰਵਾਜ ਅੱਜ ਇੱਥੇ ਰਿਲੀਜ਼ ਕੀਤੀ, ਇਸ ਦੀ ਘੁੰਡ ਚਕਾਈ ਹੋਣ ਜਾ ਰਹੀ ਹੈ ਥੋੜ੍ਹੇ ਕੁ ਸਮੇਂ ਤੱਕ। ਸੋ ਮੇਰੇ ਨਾਲ ਬਲਵੀਰ ਕੌਰ ਢਿੱਲੋਂ ਨੇ ਅਤੇ ਨਾਲ ਇਹਨਾਂ ਦੇ ਹਸਬੈਂਡ ਹਰਮਿੰਦਰ ਸਿੰਘ ਢਿੱਲੋਂ ਨੇ, ਇਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਅਤੇ ਇਹਨਾਂ ਦੀ ਕਿਤਾਬ ਦੇ ਬਾਰੇ ਕੁਛ ਸ਼ਬਦ ਇਹਨਾਂ ਦੇ ਕੋਲੋਂ ਜਾਣਦੇ ਹਾਂ। ਹਾਂਜੀ ਬਲਵੀਰ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਔਰ ਤੁਹਾਡੀ ਤੀਜੀ ਕਿਤਾਬ ਜਿਹੜੀ ਅੱਜ ਜਿਸ ਦੀ ਘੁੰਡ ਚੁਕਾਈ ਹੋਣ ਜਾ ਰਹੀ ਹੈ, ਪਹਿਲਾਂ ਵੀ ਦੋ ਆ ਚੁੱਕੀਆਂ, ਇਸ ਕਿਤਾਬ ਬਾਰੇ ਪਹਿਲਾਂ ਥੋੜ੍ਹਾ ਜਿਹਾ ਦੱਸੋ ਜੀ। ਇਹ ਕਿਤਾਬ ਮੇਰੀ ਤੀਜੀ ਕਿਤਾਬ ਸੋਚ ਦੀ ਪਰਵਾਜ਼। ਮੈਂ ਸਾਰੀਆਂ ਕਵਿਤਾਵਾਂ ਮੇਰੀਆਂ ਮੋਸਟਲੀ ਲਿਖਦੀ, ਮੈਂ ਜਿਹੜੀ ਪੋਇਟਰੀ ਲਿਖਦੀ ਹਾਂ ਹਰ ਇੱਕ ਵਿਸ਼ੇ ਦੇ ਵਿੱਚ ਲਿਖਦੀ ਹਾਂ। ਟੱਪੇ, ਕਵਿਤਾਵਾਂ, ਗੀਤ, ਬੋਲੀਆਂ, ਸਾਰਾ ਕੁਛ। ਜਿਵੇਂ ਮੈਂ ਜਦੋਂ ਲਿਖਣਾ ਹੁੰਦਾ ਆ ਮੈਨੂੰ ਕੋਈ ਬਾਹਲੀ ਉਚੇਚ ਨਹੀਂ ਕਰਨੀ ਪੈਂਦੀ, ਬਾਹਲਾ ਐਫਰਟ ਨਹੀਂ ਪਾਉਣਾ ਪੈਂਦਾ। ਸੁੱਤੇ ਸਿੱਧ ਕਵਿਤਾ ਲਿਖ ਲੈਂਦੀ ਹਾਂ ਮੈਂ। ਤੁਰਿਆਂ ਜਾਂਦਿਆਂ ਬਾਹਰ ਕਿਤੇ ਘੁੰਮ ਰਹੀ ਹਾਂ, ਕੁਦਰਤ ਦੇ ਨਜ਼ਾਰੇ ਦੇਖਦੀ ਹਾਂ, ਆਲੇ ਦੁਆਲੇ ਦਾ ਮਾਹੌਲ, ਜੋ ਵਾਤਾਵਰਣ ਆਲੇ ਦੁਆਲੇ ਜੋ ਕੁਛ ਹੋ ਰਿਹਾ ਆ, ਮੈਂ ਸਾਰਾ ਕੁਛ ਲਿਖਦੀ ਹਾਂ। ਮੇਰੀਆਂ ਕਵਿਤਾਵਾਂ ਹਰ ਇੱਕ ਵਿਸ਼ੇ 'ਤੇ ਹੁੰਦੀਆਂ ਆ। ਬੜੀ ਸਰਲ ਜਿਹੀ ਭਾਸ਼ਾ ਮੈਂ ਲਿਖਦੀ ਹਾਂ ਜੋ ਆਮ ਇਨਸਾਨ ਦੀ ਸਮਝ 'ਚ ਪੈ ਸਕਣ। ਹਰ ਇੱਕ ਬੰਦਾ ਜਦੋਂ ਪੜ੍ਹਦਾ ਆ ਉਹਨਾਂ ਨੂੰ ਲੱਗਦਾ ਕਿ ਆਹ ਮੇਰੀ ਗੱਲ ਕੀਤੀ ਆ। ਸੋ ਇਸ ਕਰਕੇ ਮੈਂ ਪ੍ਰੈਫਰ ਕਰਦੀ ਹਾਂ, ਮੋਸਟਲੀ ਮੇਰੀਆਂ ਖੁੱਲ੍ਹੀਆਂ ਕਵਿਤਾਵਾਂ ਹੁੰਦੀਆਂ। ਬਾਕੀ ਤਾਂ ਮੈਂ ਹਰ ਇੱਕ ਟਾਈਪ ਦੀ ਕਵਿਤਾ ਲਿਖ ਲੈਂਦੀ ਹਾਂ। ਸੋ ਜਦੋਂ ਅਸੀਂ ਗੱਲ ਕਰਦੇ ਹਾਂ ਨਾਂ ਦੀ, ਤਾਂ ਤੁਸੀਂ ਸੋਚ ਦੀ ਪਰਵਾਜ਼, ਨਾਂ ਬੜਾ ਇਹ ਕਿੰਨਾ ਕੁ ਮੁਸ਼ਕਲ ਹੁੰਦਾ ਨਾਂ ਲੱਭ ਕੇ ਲੈ ਕੇ ਆਉਣਾ, ਔਰ ਸੋਚਾਂ ਦੀ ਪਰਵਾਜ਼ ਭਰਨੀ, ਇਹ ਨਾਂ ਕਿਵੇਂ ਤੁਹਾਡੇ ਜ਼ਿਹਨ ਦੇ ਵਿੱਚ ਆਉਂਦੇ? ਇਹ ਐਕਚੁਲੀ ਜਦੋਂ ਤੁਸੀਂ ਮੇਰੀਆਂ ਪਹਿਲਾਂ ਜਦੋਂ ਮੈਂ ਲਿਖਣਾ ਸ਼ੁਰੂ ਕੀਤਾ ਸੀ, ਪਹਿਲਾਂ ਮੇਰੀ ਕਿਤਾਬ ਜ਼ਿੰਦਗੀ ਆਈ ਸੀਗੀ, ਉਦੋਂ ਮੈਂ ਹੋਰ ਤਰੀਕੇ ਦਾ ਲਿਖਦੀ ਸੀ। ਉਹਦੇ ਵਿੱਚ ਸਪਿਰਚੁਅਲ ਰੰਗ ਸੀ, ਉਹਦੇ ਵਿੱਚ ਬਹੁਤ, ਜਿਵੇਂ ਮੈਂ ਸ਼ਿਵ ਕੁਮਾਰ ਬਟਾਲੀਵੀ ਨੂੰ ਬਹੁਤ ਪੜ੍ਹਿਆ, ਉਹਦੇ ਵਿੱਚ ਉਹਦੀ ਝਲਕ ਬਹੁਤ ਦੱਸਦੀ ਸੀਗੀ। ਅਤੇ ਉਦੋਂ ਬਾਅਦ ਵਿੱਚ ਫਿਰ ਮੇਰੀ ਇਹ ਹਵਾ ਕਵਿਤਾ ਜਿਹੜੀ ਆਈ ਸੀ ਕਿਤਾਬ, ਉਹਦੇ ਵਿੱਚ ਮੈਂ ਸੋਚਿਆ ਕਿ ਹੁਣ ਮੈਂ ਇਹ ਜੋ ਬਲਵੀਰ ਲਿਖਦੀ ਆ ਉਹ ਹੀ ਲਿਖਣਾ ਆ, ਹੈ ਨਾ। ਮੈਂ ਜਾਂ ਸ਼ਿਵ ਨੂੰ ਨਹੀਂ ਕਾਪੀ ਕਰਨਾ ਜਾਂ ਉਹਦੇ ਵਰਗੀ ਨਹੀਂ ਬਣਨਾ, ਮੈਂ ਸਿਰਫ ਬਲਵੀਰ ਬਣਨਾ। ਸੋ ਮੇਰੀ ਕਿਤਾਬ ਇਹ ਹਵਾ ਆਈ ਸੀ, ਉਹਦੇ ਵਿੱਚ ਵੀ ਮੇਰੀਆਂ ਹਰ ਇੱਕ ਤਰ੍ਹਾਂ ਦੀ ਉਹਦੇ ਵਿੱਚ ਵੀ ਕਵਿਤਾ ਸੀਗੀ। ਅਤੇ ਤੀਜੀ ਜਿਹੜੀ ਮੇਰੀ ਕਿਤਾਬ ਸੀ, ਇਹਦੇ ਵਿੱਚ ਮੈਂ ਬਹੁਤ ਜਿਵੇਂ ਪੁਰਾਣੇ ਸਮੇਂ 'ਚ ਬਹੁਤ ਸਟਰਗਲ ਕੀਤੀ ਜਾਂ ਜੋ ਵੀ ਮੇਰਾ ਸਫ਼ਰ ਸੀਗਾ, ਮੈਂ ਉਹਦੇ ਵਿੱਚ ਇੱਕ ਨਵੀਂ ਨਕੋਰ ਇੱਕ ਲੇਖਕਾ ਆਪਣੇ ਆਪ 'ਚ ਮੈਂ ਬਣਨ ਦੀ ਜਾਂ ਭਰਨ ਦੀ ਕੋਸ਼ਿਸ਼ ਕੀਤੀ ਸੀਗੀ। ਉਹਦੇ ਵਿੱਚ ਮੇਰੀਆਂ ਕਵਿਤਾਵਾਂ ਇੱਕ ਕਿਸਮ ਦਾ, ਮੈਂ ਸਮਝਦੀ ਕਿ ਮੇਰੀ ਜ਼ਿੰਦਗੀ ਦੀ ਉਹ ਇੱਕ ਨਵੀਂ ਪਰਵਾਜ਼ ਸੀਗੀ। ਸੋ ਉਹ ਉਸ ਉਹਦੇ ਤੋਂ ਮੈਨੂੰ ਫਿਰ ਇਹ ਸੋਚਿਆ ਸੀ ਕਿ ਮੈਂ ਇਹਦਾ ਨਾਂ ਸੋਚ ਦੀ ਪਰਵਾਜ਼ ਰੱਖਣਾ ਆ। ਹਾਂਜੀ, ਅਕਸਰ ਦੇਖਿਆ ਜਾਂਦਾ, ਕਹਿੰਦੇ ਕਿ ਇੱਕ ਸਕਸੈਸਫੁਲ ਆਦਮੀ ਦੇ ਪਿੱਛੇ ਇੱਕ ਔਰਤ ਦਾ ਹੱਥ ਹੁੰਦਾ। ਮੈਨੂੰ ਲੱਗਦਾ ਤੁਹਾਡੇ ਮਾਮਲੇ 'ਚ ਉਲਟਾ ਹੈਗਾ ਆ ਕਿ ਤੁਹਾਡੀ ਸਕਸੈਸ ਦੇ ਪਿੱਛੇ ਮੈਨੂੰ ਲੱਗਦਾ ਹਰਮਿੰਦਰ ਹੋਣਾ ਦਾ ਬਹੁਤ ਹੱਥ ਆ। ਸੋ ਹਰਮਿੰਦਰ ਜੀ, ਕਿੰਨਾ ਕੁ ਸਮਾਂ ਤੁਸੀਂ ਇਹਨਾਂ ਨੂੰ ਇਕਾਂਤ ਦੇ ਵਿੱਚ ਛੱਡਦੇ ਹੋ ਜਦੋਂ ਇਹ ਲਿਖਦੇ ਆ, ਕਿ ਬਸ ਤੁਰੇ ਫਿਰਦੇ ਹੀ ਲਿਖ ਲੈਂਦੇ ਆ? ਕਿ ਤੁਹਾਨੂੰ ਟਾਈਮ ਤਾਂ ਨਹੀਂ ਇਹਨਾਂ ਨੂੰ ਕੁਛ ਫਾਲਤੂ ਦੇਣਾ ਪੈਂਦਾ, ਜਾਣੀ ਕਿ ਕਹਿ ਲਓ ਕਿ ਤੁਹਾਡੇ ਟਾਈਮ 'ਚੋਂ ਟਾਈਮ ਤਾਂ ਨਹੀਂ ਚੋਰੀ ਕਰਦੇ ਜੀ? ਨਹੀਂ ਜੀ, ਬਿਲਕੁਲ ਨਹੀਂ। ਬਲਕਿ ਲਿਖਣ ਵੇਲੇ ਇਹਨਾਂ ਦਾ ਪਤਾ ਨਹੀਂ ਹੁੰਦਾ ਕਿਹੜੇ ਵੇਲੇ ਕਿਹੜਾ ਲਫ਼ਜ਼ ਇਹਨਾਂ ਨੂੰ ਟੱਕਰ ਗਿਆ, ਫਿਰ ਉਹਦੇ ਆਲੇ ਦੁਆਲੇ ਘੁੰਮ ਕੇ ਇਹਨਾਂ ਨੇ ਲਿਖ ਦੇਣੀ ਹੁੰਦੀ ਹੈ। ਕਈ ਵਾਰ ਤਾਂ ਬੈਠੇ ਬੈਠੇ ਕਿਤੇ ਗਏ ਆ, ਇੱਕ ਦਿਨ ਤਾਂ ਬੜੀ ਹਾਸੇ ਵਾਲੀ ਗੱਲ ਹੋਈ, ਪਰ ਉਹ ਮੈਨੂੰ ਬੜੀ ਚੀਜ਼ ਪਸੰਦ ਆਈ। ਇਹਨਾਂ ਨੇ ਇੱਕ ਕਵਿਤਾ ਲਿਖੀ ਸੀ, ਔਰਤ ਕਦੇ ਬੁੱਢੀ ਨਹੀਂ ਹੁੰਦੀ, ਅਤੇ ਤੁਸੀਂ ਪੜ੍ਹਿਓ, ਸ਼ਾਇਦ ਮੈਨੂੰ ਲੱਗਦਾ ਇਸੇ ਬੁੱਕ ਦੇ ਵਿੱਚ ਹੈਗੀ ਆ ਉਹ।
ਕਿਤੇ ਗਏ ਸੀ ਬੇਟੀਆਂ ਦੇ ਨਾਲ, ਕੋਈ ਫੰਕਸ਼ਨ ਵਗੈਰਾ ਸੀਗਾ ਅਤੇ ਉੱਥੇ ਬੈਠੇ ਬੈਠੇ ਇਹਨਾਂ ਨੇ ਸੋਚਿਆ ਵੀ ਇਸ ਵਿਸ਼ੇ 'ਤੇ ਲਿਖੀ ਜਾਵੇ, ਔਰ ਬੈਠੇ ਬੈਠੇ ਲਿਖ ਕੇ ਮੈਨੂੰ ਨਾਲ ਦੀ ਨਾਲ ਟੈਕਸਟ ਕਰ ਦਿੱਤੀ। ਸੋ ਮੇਰਾ ਟਾਈਮ ਨਹੀਂ ਚੋਰੀ ਹੁੰਦਾ, ਐਕਚੁਲੀ ਮੈਨੂੰ ਐਂ ਲੱਗਦਾ ਕਿ ਮੈਨੂੰ ਵੀ ਕੁਛ ਕਰਨ ਨੂੰ ਮਿਲ ਗਿਆ। ਸੋ ਮੈਨੂੰ ਐਂ ਹੁੰਦਾ ਫਿਰ ਮੈਂ ਪੜ੍ਹ ਕੇ ਫਿਰ ਇਹਨਾਂ ਨੂੰ ਦੱਸਦਾ ਵੀ ਹਾਂ ਵਾਕਈ। ਸੋ ਤੁਹਾਡੇ ਕਹਿਣ ਤੋਂ ਮਤਲਬ ਕਿ ਜਿਹੜੀਆਂ ਕਵਿਤਾਵਾਂ ਲਿਖਦੇ ਆ ਤੁਹਾਡੇ ਨਾਲ ਸਾਂਝੀਆਂ ਕਰਦੇ ਆ, ਸੋ ਕਦੇ ਇੰਝ ਵੀ ਹੋਇਆ ਕਿ ਕਿਸੇ ਕਵਿਤਾ ਨੂੰ ਤੁਸੀਂ ਕਿਹਾ ਹੋਵੇ ਨਹੀਂ ਇਹਦੇ ਵਿੱਚ ਇੰਝ ਨਹੀਂ ਸੀ, ਇੰਝ ਹੋਣਾ ਚਾਹੀਦਾ, ਸੋ ਤੁਹਾਡੀ ਵੀ ਕਿਤੇ ਨਾ ਕਿਤੇ ਤੁਕਬੰਦੀ ਵਿੱਚ ਚੱਲਦੀ ਆ ਜੀ? ਕਦੀ ਕਦੀ, ਪਰ ਮੇਰੇ ਖਿਆਲ ਕਿਉਂਕਿ ਮੈਨੂੰ ਮੈਂ ਇਸ ਚੀਜ਼ 'ਚ ਟੋਟਲ ਅਨਪੜ੍ਹ ਹਾਂ। ਮੈਨੂੰ ਕਵਿਤਾ, ਕਿਉਂਕਿ ਕਵਿਤਾ ਜਿਹੜੀ ਹੈਗੀ ਆ ਉਹ ਸ਼ਬਦਾਂ ਨੂੰ ਪਰੋਣਾ ਇੱਕ ਬਹੁਤ ਵੱਡੀ ਇੱਕ ਲਾ ਲਓ ਵੀ ਬਲੈਸਿੰਗ ਆ, ਸੋ ਉਹ ਇਹਨਾਂ ਕੋਲ ਹੈਗੀ ਆ, ਪਰ ਮੈਂ ਇਸ ਚੀਜ਼ 'ਚ ਕਾਫੀ ਇੰਪ੍ਰੈਸ ਹੁੰਦਾ ਉਹਨਾਂ, ਔਰ ਜੇ ਮੇਰੀ ਲੱਗੇ ਵੀ ਮੈਨੂੰ ਮੇਰੀ ਇਨਫਟ ਜ਼ਰੂਰੀ ਹੈਗੀ ਆ ਮੈਂ ਪਾਉਣਾ, ਨਹੀਂ ਤਾਂ ਅਦਰਵਾਈਜ਼ ਆਲ ਸਟੇ ਅਵੇ, ਕਿਉਂਕਿ ਜਿਹੜੀ ਇਹਨਾਂ ਨੇ ਇੱਕ ਸਿਰਜਣਾ ਕੀਤੀ ਆ ਉਹ ਇਹਨਾਂ ਦੀ ਸਿਰਜਣਾ ਰਹਿਣੀ ਚਾਹੀਦੀ ਆ, ਕਿਉਂ ਮੇਰੀ ਜੇ ਇਨਪੁੱਟ ਹੋਈ ਉਹ ਤਾਂ ਫਿਰ ਉਹ ਫਿਰ ਪੜ੍ਹਨ ਵਾਲੇ ਨਾਲ ਵੀ ਨਹੀਂ ਇਨਸਾਫ ਹੋਣਾ ਅਤੇ ਨਾ ਲਿਖਣ ਵਾਲੇ ਨਾਲ ਇਨਸਾਫ ਹੋਣਾ। ਸੋ ਜੋ ਵੀ ਹੈਗਾ ਸਾਰਾ ਓਰੀਜਨਲ ਹੈਗਾ, ਇਨਪੁੱਟ ਅਨਪੜ੍ਹ ਬੰਦਾ ਇਨਪੁੱਟ ਕੀ ਪਾ ਸਕਦਾ। ਬਹੁਤ ਵਧੀਆ, ਤੁਸੀਂ ਬੜਾ ਬਾਖੂਬ ਸਾਥ ਦਿੰਦੇ ਹੋ। ਔਰ ਬਲਵੀਰ ਜੀ, ਆਉਣ ਵਾਲੇ ਸਮੇਂ ਦੇ ਵਿੱਚ ਕੀ ਤੁਹਾਡੇ ਸਾਹਿਤ ਦੀ ਝੋਲੀ ਵਿੱਚ ਕੀ ਤੁਸੀਂ ਪਾਉਣ ਬਾਰੇ ਸੋਚਿਆ? ਟੂ ਅਰਲੀ ਆ ਵੈਸੇ ਪੁੱਛਣ ਦੇ ਲਈ, ਪਰ ਫਿਰ ਵੀ ਕਹਿੰਦੇ ਰਾਈਟਰ ਜਿਹੜੇ ਹੁੰਦੇ ਉਹਨਾਂ ਦੇ ਜਹਿਨ ਦੇ ਵਿੱਚ ਕੁਛ ਨਾ ਕੁਛ ਚੱਲਦਾ ਹੀ ਰਹਿੰਦਾ ਆ, ਸੋ ਮੈਨੂੰ ਲੱਗਦਾ ਕਿ ਕੁਛ ਕਵਿਤਾਵਾਂ ਹੋਰ ਘੁੰਮ ਰਹੀਆਂ ਹੋਣਗੀਆਂ ਜ਼ਰੂਰ ਤੁਹਾਡੇ ਜਹਿਨ 'ਚ। ਮੈਂ ਪਹਿਲਾਂ ਮੇਰੀ ਸੈਕਿੰਡ ਕਿਤਾਬ 2013 ਦੇ ਵਿੱਚ ਆਈ ਸੀਗੀ, ਉਹਦੇ ਵਿੱਚ ਮੈਂ ਐਕਚੁਲੀ ਬਹੁਤ ਸਾਰਾ ਗੈਪ ਪਾ ਦਿੱਤਾ ਆ, ਪਰ ਮੇਰੇ ਕੋਲ ਲਿਖਿਆ ਇੰਨਾ ਕੁ ਪਿਆ ਆ, ਜੇ ਮੈਂ ਹੋਰ ਦੋ ਕਿਤਾਬਾਂ 'ਚ ਪਾਉਣੀਆਂ ਹੋਣਗੀਆਂ ਤਾਂ ਮੇਰੇ ਕੋਲ ਇਨਫ ਹੈ ਉਹਦੇ ਲਈ। ਸੋ ਜੇ ਇਸ ਕਿਤਾਬ ਨੂੰ ਬਹੁਤ ਵਧੀਆ ਰਿਸਪੋਂਸ ਮਿਲਿਆ, ਮੈਂ ਨੈਕਸਟ ਈਅਰ ਮੇਰੀ ਨਵੀਂ ਕਿਤਾਬ ਨਾਲ ਸਾਰਿਆਂ ਦੇ ਸਾਹਮਣੇ ਹਾਜ਼ਰ ਹੋਵਾਂਗੀ। ਔਰ ਇਸ ਵਕਤ ਤੁਹਾਨੂੰ ਸਾਂਝਾ ਟੀ ਵੀ 'ਤੇ ਦੇਖਿਆ ਜਾ ਰਿਹਾ, ਜਿਹੜੀਆਂ ਭੈਣਾਂ ਜਾਂ ਜਿਹੜੀਆਂ ਹੋਰ ਲੇਖਕਾਵਾਂ ਨੇ ਜਿਹੜੀਆਂ ਲਿਖਦੀਆਂ ਬਹੁਤ ਕੁਛ ਆ ਪਰ ਕਿਤੇ ਨਾ ਕਿਤੇ ਸਾਂਭ ਕੇ ਰੱਖਦੀਆਂ, ਅੱਗੇ ਨਹੀਂ ਲੈ ਕੇ ਆਉਂਦੀਆਂ, ਕੀ ਮੈਸੇਜ ਦੇਣਾ ਚਾਹੁੰਦੇ ਉਹਨਾਂ ਨੂੰ? ਮੈਂ ਉਹਨਾਂ ਨੂੰ ਇਹੀ ਕਹਿਣਾ ਚਾਹੁੰਦੀ ਕਿ ਜਦੋਂ ਮੈਂ ਪਹਿਲੀ ਵਾਰੀ ਇੰਡੀਆ ਤੋਂ ਕਨੇਡਾ ਆਈ ਸੀਗੀ, ਲਾਈਫ ਇੰਨੀ ਤੁਹਾਡੀ ਸਟਰਗਲ ਭਰੀ ਹੁੰਦੀ ਆ, ਤੁਸੀਂ ਕੰਮ ਕਰਨਾ ਹੁੰਦਾ, ਤੁਸੀਂ ਆਪਣੇ ਪਰਿਵਾਰ ਸਾਹਮਣੇ ਹੁੰਦੇ ਆ, ਬੇਸ਼ੱਕ ਤੁਹਾਡੇ ਬੱਚੇ ਉਦੋਂ ਛੋਟੇ ਹੁੰਦੇ ਆ, ਤੁਹਾਡੇ ਕੋਲ ਟਾਈਮ ਨਹੀਂ ਹੁੰਦਾ, ਪਰ ਹੌਲੀ ਹੌਲੀ ਤੁਸੀਂ ਆਪਣੇ ਆਪ ਲਈ ਅਸੀਂ ਸਮਾਂ ਨਹੀਂ ਕੱਢਦੇ, ਉਹ ਸਾਨੂੰ ਕੱਢਣਾ ਚਾਹੀਦਾ ਆ। ਆਪਣੇ ਜਿਹੜੇ ਤੁਸੀਂ ਸ਼ੌਂਕ ਪਾਲੇ ਹੋਏ ਆ ਉਹਨਾਂ ਨੂੰ ਕਦੀ ਮਰਨ ਨਹੀਂ ਦੇਣਾ ਚਾਹੀਦਾ। ਮੈਨੂੰ ਵੀ ਬੜੇ ਸ਼ੌਂਕ ਹੁੰਦੇ ਸੀਗੇ, ਹੌਲੀ ਹੌਲੀ ਚਲੋ ਉਹ ਥੋੜ੍ਹੇ ਡਿਲੇ ਹੋਏ, ਪਰ ਮੈਂ ਟਾਈਮ ਪੈਣ ਨਾਲ ਮੈਂ ਆਪਣੇ ਸਾਰੇ ਸ਼ੌਂਕ ਜਿੰਨੇ ਵੀ ਮੈਨੂੰ ਸੀ ਉਹ ਮੈਂ ਜਿਉਂਦੇ ਰੱਖੇ। ਮੈਨੂੰ ਪੇਂਟਿੰਗ ਦਾ ਸ਼ੌਂਕ ਹੁੰਦਾ ਸੀ, ਮੈਂ ਉਹ ਵੀ ਪੂਰਾ ਕੀਤਾ। ਮੈਨੂੰ ਗਾਉਣ ਦਾ ਸ਼ੌਂਕ ਹੈ, ਉਹ ਵੀ ਮੈਂ ਜਦੋਂ ਲਿਖਦੀ ਗੁਣਗੁਣਾ ਲੈਂਦੀ ਹਾਂ। ਸੋ ਆਪਣੇ ਆਪ ਨੂੰ ਐਕਚੁਲੀ ਤੁਸੀਂ ਤੁਹਾਡੇ ਕੋਲ ਟਾਈਮ ਹੁੰਦਾ ਆ ਤਾਂ ਉਹਨੂੰ ਜ਼ਰੂਰ ਆਪਣੇ ਆਪ ਲਈ ਕੱਢਿਆ ਕਰੋ, ਬਹੁਤ ਜ਼ਰੂਰੀ ਆ। ਜਿੰਨਾ ਚਿਰ ਤੁਸੀਂ ਆਪਣੇ ਆਪ ਸ਼ੌਂਕ ਨਹੀਂ ਪੂਰੇ ਕਰਦੇ, ਮੇਰੇ ਖਿਆਲ 'ਚ ਤਾਂ ਤੁਹਾਡੀ ਲਾਈਫ ਅਧੂਰੀ ਆ। ਅੱਜ ਦਾ ਸਮਾਗਮ ਸੋਚ ਦੀ ਪਰਿਵਾਰ, ਜਿਹੋ ਜਿਹਾ ਇਹਦਾ ਹੈਡਿੰਗ ਆ ਉਹੋ ਜਿਹੀਆਂ ਇਹਦੇ ਵਿੱਚ ਕਵਿਤਾਵਾਂ। ਮੈਂ ਇਹ ਸਾਰਾ ਪ੍ਰੋਗਰਾਮ ਦੇਖਿਆ, ਸੁਣਿਆ, ਇਹਦੇ ਵਿੱਚੋਂ ਬਹੁਤ ਜ਼ਿਆਦਾ ਔਲਰੇਡੀ ਜਿਹੜੇ ਆਰਟਿਸਟ ਆ ਉਹਨਾਂ ਨੇ ਗੀਤ ਗਾ ਕੇ ਤਰੰਨਮ ਦੇ ਵਿੱਚ ਵੀ ਇਸ ਸਮਾਗਮ 'ਤੇ ਪੜ੍ਹੇ। ਅਤੇ ਮੈਂ ਇਸ ਬੁੱਕ ਰਿਲੀਜ਼ ਦੇ ਉੱਤੇ ਬਲਵੀਰ ਨੂੰ ਅਤੇ ਬਲਵੀਰ ਦੇ ਸਾਰੇ ਪਰਿਵਾਰ ਨੂੰ ਬਹੁਤ ਬਹੁਤ ਮੁਬਾਰਕਬਾਦ ਕਹਿੰਦਾ ਕਿ ਇਹਨੂੰ ਬਹੁਤ ਹੀ ਬਿਹਤਰੀਨ ਢੰਗ ਦੇ ਨਾਲ ਲਿਖਿਆ ਗਿਆ ਆ। ਇਹਦਾ ਹਰ ਲਫ਼ਜ਼ ਇਹਦਾ ਤੁਸੀਂ ਮਹਿਸੂਸ ਕਰੋਗੇ ਕਿ ਇਹਦੀਆਂ ਕਵਿਤਾਵਾਂ। ਮੈਂ ਅਜੇ ਬੁੱਕ ਪੂਰੀ ਨਹੀਂ ਪੜ੍ਹੀ, ਪਰ ਮੈਂ ਵੀ ਬਹੁਤ ਦਿਲਚਸਪੀ ਆ ਕਿ ਮੈਂ ਇੱਕਦਮ ਇਸ ਬੁੱਕ ਨੂੰ ਪੜ੍ਹਾਂ। ਅਤੇ ਮੈਂ ਇੱਕ ਦਫ਼ਾ ਇਹ ਕਹੂੰਗਾ ਕਿ ਸਾਡੇ ਸਮਾਜ ਦੇ ਵਿੱਚ ਇਹੋ ਜਿਹੇ ਵਿਅਕਤੀ ਜਿਹੜੇ ਆਪਣੇ ਸ਼ਬਦਾਂ ਦੇ ਰਾਹੀਂ ਦੁਨੀਆਂ ਨੂੰ ਬਦਲਣ ਦੀ ਸਮਰੱਥਾ ਰੱਖਦੇ ਆ, ਬਹੁਤ ਵਧੀਆ ਵਿਸ਼ਿਆਂ ਦੇ ਉੱਤੇ ਪਿਆਰ, ਮੁਹੱਬਤ, ਸਤਿਕਾਰ, ਅਹਿਸਾਸ ਦੇ ਵਿਸ਼ਿਆਂ 'ਤੇ ਇਹ ਲਿਖ ਸਕਦੇ ਆ। ਅਤੇ ਇੱਕ ਦਫ਼ਾ ਫਿਰ ਮੈਂ ਬਲਵੀਰ ਢਿੱਲੋਂ ਅਤੇ ਸਾਰੇ ਉਹਨਾਂ ਦੇ ਪਰਿਵਾਰ ਨੂੰ ਬਹੁਤ ਬਹੁਤ ਮੁਬਾਰਕਬਾਦ। ਅਤੇ ਇਹੋ ਜਿਹੇ ਕਾਰਜ ਕਰਦੇ ਰਹਿਣ, ਇਹੋ ਜਿਹੀਆਂ ਲਿਖਤਾਂ ਸਾਡੇ ਸਮਾਜ ਨੂੰ ਬਹੁਤ ਜ਼ਰੂਰੀ ਆ ਅਤੇ ਬਹੁਤ ਵਧੀਆ। ਵੱਧ ਤੋਂ ਵੱਧ ਆਪਾਂ ਇਸ ਕਿਤਾਬ ਨੂੰ ਪੜ੍ਹੀਏ ਅਤੇ ਆਨੰਦ ਮਾਣੀਏ, ਇਹਦੇ ਵਿੱਚ ਖੁਸ਼ੀਆਂ, ਗਮੀਆਂ, ਅਹਿਸਾਸ ਸਭ ਕੁਛ ਦਰਜ ਆ। ਅਤੇ ਬਹੁਤ ਮੁਬਾਰਕਬਾਦ। ਸੱਜਰੀ ਤਰੇਲ 'ਚ ਧੋਤੇ ਹੋਏ ਫੁੱਲਾਂ ਵਰਗੀ ਸਭ ਨੂੰ ਪਿਆਰ ਅਤੇ ਸਤਿਕਾਰ ਭਰੀ ਜਸਵੀਰ ਗੁਣਾ ਚੌਰੀਏ ਵੱਲੋਂ ਨਿੱਘੀ ਸਤਿ ਸ਼੍ਰੀ ਅਕਾਲ ਜੀ। ਅੱਜ ਅਸੀਂ ਸੋਚ ਦੀ ਪਰਵਾਜ਼ ਜਿਹੜੀ ਕਿਤਾਬ ਰਿਲੀਜ਼ ਹੋਈ ਆ ਬਲਵੀਰ ਢਿੱਲੋਂ ਜੀ ਦੀ, ਸਾਗਰ ਦੀਆਂ ਲਹਿਰਾਂ ਵਰਗੀ, ਗੀਤਾਂ ਦੀਆਂ ਵਹਿਰਾਂ ਵਰਗੀ, ਬਲਵੀਰ ਢਿੱਲੋਂ ਦੀ ਕਿਤਾਬ ਜਿਹੜੀ ਸੋਚ ਦੀ ਪਰਵਾਜ਼ ਰਿਲੀਜ਼ ਹੋਈ। ਬਹੁਤ ਵਧੀਆ ਪ੍ਰੋਗਰਾਮ ਸੀ, ਬਹੁਤ ਵਧੀਆ ਔਰਗੇਨਾਈਜ਼ ਕੀਤਾ ਸੀ। ਸੋ ਮੇਰੇ ਵੱਲੋਂ ਜਾਣੀ ਜਸਵੀਰ ਗੁਣਾ ਚੌਰੀਏ ਵੱਲੋਂ ਢਿੱਲੋਂ ਪਰਿਵਾਰ ਨੂੰ, ਖਾਸ ਤੌਰ 'ਤੇ ਬਲਵੀਰ ਢਿੱਲੋਂ ਜੀ ਨੂੰ ਬਹੁਤ ਬਹੁਤ ਮੁਬਾਰਕਾਂ। ਅਤੇ ਭਵਿੱਖ ਦੇ ਵਿੱਚ ਵੀ ਉਹਨਾਂ ਤੋਂ ਵਧੀਆ ਲਿਖਣ ਦੀ, ਵਧੀਆ ਕਵਿਤਾਵਾਂ ਅਤੇ ਵਧੀਆ ਪੁਸਤਕਾਂ ਦੇਣ ਦੀ
उम्मीद रखते हैं। सो मालक करे कि वो इदां ही वधिया लिखते रहन। मेरे वालों एक बार फिर शुभकामनावां ते बहुत बहुत मुबारकां।